ਮੇਰੀ ਇੱਕ ਬੇਨਤੀ ਹੋਰ ਹੈ, ਆਪਾਂ ਸਾਰੇ ਇਤਿਹਾਸ ਜਾਣਦੇ ਕਿ 20 ਸਾਲ ਬਾਅਦ ਜਿਹੜੀ ਪੀੜ੍ਹੀ ਬਦਲਦੀ ਤੇ ਜਿਹੜੇ 20 ਸਾਲ ਬਾਅਦ ਜਿਹੜੇ ਨੇ ਭੌਂ ਕੇ ਹਾਲਾਤ ਫਿਰ ਉਸ ਪਾਸੇ ਨੂੰ ਕਰਵਟ ਲੈਂਦੇ ਨੇ, ਔਰ ਜਿਹੜੀ ਆਪਾਂ ਕਈ ਵਾਰ ਗੈਂਗਸਟਰ ਨਾਲ ਜੋੜਦੇ ਨੇ, ਪੰਜਾਬ ਦੇ ਹਾਲਾਤਾਂ ਨਾਲ ਜੋੜਦੇ ਨੇ, ਕਦੇ ਆ ਜਿਹੜੇ ਸਿੰਗਰ ਨੇ ਜਿਹੜੇ ਗੈਂਗਸਟਰਾਂ ਨੂੰ ਪ੍ਰਮੋਟ ਕਰਦੇ ਨੇ, ਜਿਹੜੇ ਵਾਇਲੈਂਸ ਨੂੰ ਪ੍ਰਮੋਟ ਕਰਦੇ ਨੇ, ਜਿਹੜੇ ਵੈਪਨਸ ਨੂੰ ਪ੍ਰਮੋਟ ਕਰਦੇ ਨੇ, ਜਿਹੜੇ ਲੱਚਰਤਾ ਨੂੰ ਪ੍ਰਮੋਟ ਕਰਦੇ ਨੇ, ਕਿਤੇ ਗੌਰਵ ਸਾਹਿਬ ਉਹਨਾਂ ਦੇ ਉੱਤੇ ਵੀ ਡਿਬੇਟ ਕਰਾਉਣ? ਕੋਈ ਮੈਂ ਤਾਂ ਐਤਕੀ ਮਰ ਸੱਚੇ ਪਾਤਸ਼ਾਹ ਨੇ ਆ ਬਣਦੀ ਸਰਕਾਰ ਬਣਦੀ ਹੈ, ਮੈਂ ਤੇ ਪੰਜਾਬ ਦੀ ਵਿਧਾਨ ਸਭਾ ਚ ਸਿੰਗਰਾਂ ਬਾਰੇ ਜਿੱਥੇ ਵੈਪਨ ਦੀ ਗੱਲ ਆਊ, ਜਿੱਥੇ ਨਸ਼ੇ ਦੀ ਗੱਲ ਆਊ, ਜਿੱਥੇ ਲੱਚਰਤਾ ਦੀ ਗੱਲ ਆਊ, ਕਾਨੂੰਨ ਬਣਵਾਊ।